ਜਿਹੜਾ ਆਪਣਾ ਪੰਜਾਬ ਦਾ ਫੋਕ ਹੈ ਉਹਨੂੰ ਸੰਭਾਲਿਆ ਜਾਵੇ ਜਿਵੇਂ ਆਪਣੀ ਤੁੰਬੀ ਢੱਡ ਸਰੰਗੀ ਟੋਲ ਅਲਗੋਜ਼ੇ ਜਿਹੜੇ ਪਿਛੜਦੇ ਜਾ ਰਹੇ ਨੇ ਸਾਜ਼ ਉਹ ਅੱਗੇ ਆਣ ਕੀਬੋਰਡ ਦੇ ਵਿੱਚ ਕਾਫੀ ਇਨਸਟਰੂਮੈਂਟ ਆਉਂਦੇ ਨੇ ਜਿਵੇਂ ਗਿਟਾਰ ਤੁਸੀਂ ਉਹਦੇ ਵਿੱਚ ਯੂਜ਼ ਕਰਦੇ ਹੋ ਹਾਰਮੋਨੀਅਮ ਯੂਜ਼ ਕਰਦੇ ਹੋ ਸਰੰਗੀ ਯੂਜ਼ ਕਰਦੇ ਹੋ ਸੰਤੂਰ ਸਤਾਰ ਹਨ ਬਟ ਜੋ ਇਹ ਆਪਣੀ ਇੱਕ ਪਾਰਟਿਕੂਲਰ ਇਨਸਟਰੂਮੈਂਟ ਨੇ ਉਹਦੀ ਜਗ੍ਹਾ ਕੋਈ ਵੀ ਨਹੀਂ ਲੈ ਸਕਦਾ ਹਨੀਸ਼ ਰਿੰਕੂ ਰਿੰਕੂ ਜੀ ਤੁਸੀਂ ਬਹੁਤ ਜਿਹੜੇ ਪੁਰਾਣੇ ਸਾਜ਼ ਦੇ ਬੜੇ ਪ੍ਰੇਮੀ ਹੋ ਤੁਸੀਂ ਤੁਹਾਨੂੰ ਕੀ ਲੱਗਦਾ ਜਿਹੜੇ ਇਲੈਕਟ੍ਰੋਨਿਕ ਜਿਹੜੇ ਅੱਜ ਦੇ ਨਵੇਂ ਨਵੇਂ ਇਨਸਟਰੂਮੈਂਟਸ ਨੇ ਉਹ ਪੁਰਾਣੇ ਇਨਸਟਰੂਮੈਂਟ ਦੀ ਜਗ੍ਹਾ ਲੈ ਸਕਦੇ ਨੇ ਨਹੀਂ ਭਾਜੀ ਐਦਾਂ ਹੈਗਾ ਥੋੜਾ ਟਾਈਮ ਜਿਵੇਂ ਨਵੇਂ ਸਾਜ਼ ਅੱਜ ਕੱਲ ਚੱਲ ਰਹੇ ਨੇ ਨਵੇਂ ਸਾਜ਼ ਆ ਰਹੇ ਨੇ ਬਟ ਜਿੰਨਾ ਪੁਰਾਣਾ ਸਾਜ਼ ਹੈ ਉਹਨਾਂ ਦਾ ਵੀ ਜੋਰ ਪੂਰਾ ਉਵੇਂ ਲੱਗ ਰਿਹਾ ਜਿਵੇਂ ਤੁਸੀਂ ਦੇਖ ਰਹੇ ਹੋ ਤੁੰਬੀ ਤੁੰਬੀ ਜਿਵੇਂ ਅਸੀਂ ਤਿਆਰ ਕਰ ਰਹੇ ਹਾਂ ਤੁਸੀਂ ਅੱਜ ਕੱਲ ਆਧੁਨਿਕ ਤੁੰਬੀ ਜਿਹੜੀ ਹੁਣ ਹੈ ਰਹੀ ਹੈ ਪਹਿਲਾਂ ਤਾਂ ਹੁਣ ਜਿਹੜੀ ਆ ਰਹੀ ਆ ਉਹ ਲੱਕੜ ਦੀ ਬਣੀ ਹੋਈ ਹੈ ਤੇ ਅਸੀਂ ਜਿਹੜੀ ਵਿਰਾਸਤੀ ਤੁੰਬੀ ਹੈ ਜਿਵੇਂ ਬਿਲ ਤੋਂ ਬਣਦੀ ਸੀ ਨਾਰੀਅਲ ਤੋਂ ਬਣਦੀ ਸੀ ਅਸੀਂ ਉਹ ਸਪੈਸ਼ਲ ਬਣਵਾ ਰਹੇ ਹਾਂ ਸਾਡੀ ਉਹਦੇ ਤੇ ਹੈ ਤੇ ਉਹਦੀ ਟੋਨ ਦਾ ਇੰਨਾ ਹੈਗਾ ਕਲੈਰਿਟੀ ਤੇ ਉਹ ਅੱਜਕੱਲ ਦੇ ਜਿੰਨੇ ਅੱਛੇ ਵਜਾਉਣ ਵਾਲੇ ਨੇ ਤੁੰਬੀ ਦੇ ਸ਼ਕੀਰ ਨੇ ਉਹ ਸਪੈਸ਼ਲ ਸਾਡੇ ਕੋਲ ਡਿਮਾਂਡ ਕਰ ਰਹੇ ਨੇ ਉਹਨਾਂ ਚੀਜ਼ਾਂ ਦੀ ਤੇ ਨਾਲ ਹੋਰ ਜਿਹੜੇ ਸਾਜ਼ ਨੇ ਗਿਟਾਰ ਵਗੈਰਾ ਜਿਵੇਂ ਅੱਜਕੱਲ ਦੇ ਤੁਸੀਂ ਕਹਿ ਰਹੇ ਹੋ ਵੀ ਜਿੰਨਾਂ ਨਾਲ ਵੀ ਉਹ ਜਗ੍ਹਾ ਦੀ ਗੱਲ ਗਿਟਾਰ ਦਾ ਹੈਗਾ ਕਰੇਜ਼ ਲੋਕਾਂ ਦਾ ਕਿਉਂਕਿ ਅੱਜਕੱਲ ਆਪਣਾ ਜਿਵੇਂ ਨੌਜਵਾਨ ਹੋ ਹੈਗਾ ਉਹ ਬਾਹਰ ਜਾ ਰਿਹਾ ਉਹਨੂੰ ਉਧਰ ਦਾ ਹੀ ਕਲਚਰ ਉਹ ਕਰ ਰਿਹਾ ਤੇ ਆਖੇ ਇੱਧਰ ਗਿਟਾਰ ਮੰਗਦਾ ਪਰ ਜਦੋਂ ਬਾਹਰ ਚਲਾ ਜਾਂਦਾ ਉਹਨੂੰ ਇੱਥੇ ਜਾ ਕੇ ਆਪਣੀ ਇੱਦੇ ਪੰਜਾਬੀ ਜਿਹੜੇ ਸਾਜ਼ ਨੇ ਉਹ ਯਾਦ ਆਉਂਦੇ ਨੇ ਫਿਰ ਉੱਥੇ ਜਾ ਕੇ ਸਾਡੇ ਤੋਂ ਡਿਮਾਂਡ ਕਰਦੇ ਨੇ ਵੀ ਤੁਸੀਂ ਇੱਥੇ ਸਾਨੂੰ ਤੁੰਬੀ ਭੇਜੋ ਆ ਫੋਕ ਇੰਸਟਰੂਮੈਂਟ ਹੋਰ ਭੇਜੋ ਕਦੇ ਢੋਲ ਭੇਜੋ ਢੋਲ ਕੀ ਭੇਜੋ ਤੇ ਉੱਥੇ ਜਾ ਕੇ ਉਹਨਾਂ ਨੂੰ ਫਿਰ ਇਹਦੇ ਨਾਲ ਆਪਣੇ ਜੁੜੇ ਰਹਿੰਦੇ ਨੇ ਇਸ ਕਰਕੇ ਉਹ ਕਹਿੰਦਾ ਭਾਵਾ ਫੋਰਨਚਰ ਦੀ ਡਿਮਾਂਡ ਜਾ ਰਹੀ ਹੈ ਪੁਰਾਣੇ ਇੰਸਟਰੂਮੈਂਟਸ ਦੀ ਤੇ ਜਿਹੜੇ ਆਪਣੇ ਇੰਡੀਅਨ ਨੇ ਉਹ ਨਵੇਂ ਇੰਸਟਰੂਮੈਂਟ ਬਿਲਕੁਲ ਬਿਲਕੁਲ ਇੱਥੋਂ ਜਿੰਨਾ ਬੰਦਾ ਜਾ ਰਿਹਾ ਆਪਣਾ ਤੇ ਉੱਥੇ ਜਾ ਕੇ ਉਹਨਾਂ ਬਿਲਕੁਲ ਸੋ ਕਿਹੜਾ ਇਨਸਟਰੂਮੈਂਟ ਜਿਹੜਾ ਹੈਗਾ ਜਿਹੜਾ ਜਿਆਦਾ ਅੱਜਕੱਲ ਚੀਜ਼ ਦੀ ਵਿਕਰੀ ਹੋ ਰਹੀ ਹੈ ਹਾਰਮੋਨੀਅਮ ਹਾਰਮੋਨੀਅਮ ਟੋਲ ਟੋਲ ਕੀ ਇਹ ਜਿੰਨਾ ਇੱਥੋਂ ਆਪਣੇ ਰਾਗੀ ਜੀ ਜਾ ਰਹੇ ਨੇ ਗੁਰਦੁਆਰਾ ਸਾਹਿਬ ਉੱਥੇ ਬਾਹਰ ਤੇ ਉੱਥੇ ਉਹਨਾਂ ਨੇ ਆਪਣੇ ਜਿਹੜੇ ਸਿੱਖੀਜ਼ਮ ਨਾਲ ਵੀ ਜੁੜੇ ਹੋਏ ਨੇ ਉਹਨਾਂ ਨੂੰ ਸਪੈਸ਼ਲ ਇਹ ਹੁੰਦਾ ਹੈ ਕਿ ਅਸੀਂ ਵੀ ਉੱਥੇ ਸ਼ਬਦ ਕੀਰਤਨ ਸਿੱਖੀਏ ਉਹ ਇਸ ਕਰਕੇ ਉੱਥੇ ਹਾਰਮੋਨੀਅਮ ਦੀ ਡਿਮਾਂਡ ਬਹੁਤ ਜ਼ਿਆਦਾ ਵਧ ਰਹੀ ਹੈ ਹਰਮੋਨੀਅਮ ਵੀ ਕਈ ਪ੍ਰਕਾਰ ਦੇ ਹੁੰਦੇ ਨੇ ਰਿੰਕੂ ਜੀ ਜਿਵੇਂ ਦੇਖਿਆ ਜਾਂਦਾ ਹੈ ਕੀਰਤਨ ਚ ਵਰਤਣ ਵਾਲੇ ਹੋਰ ਹੁੰਦੇ ਨੇ ਜਾਂ ਜਿਵੇਂ ਆਪਾਂ ਕਹਿ ਦਈਏ ਜਿਵੇਂ ਸ਼ੋਜ਼ ਵਗੈਰਾ ਚ ਹਾਂਜੀ ਇਹ ਕੀ ਹੁੰਦਾ ਕਿ ਬੇਸਿਕ ਹਰਮੋਨੀਅਮ ਨੋਰਮਲ ਸਿੱਖਣ ਦਾ ਆ ਜਾਂਦਾ ਜਿਵੇਂ ਸਵਾ ਤਿੰਨ ਸਪਤਕ ਦਾ ਆ ਗਿਆ ਤੇ ਉਸ ਤੋਂ ਬਾਅਦ 3/3 ਅਕਟੋਬਰ ਦਾ ਆ ਜਾਂਦਾ ਉਹ ਕਪਲਰ ਆ ਜਾਂਦਾ ਉਹਦੇ ਵਿੱਚ ਵੀ ਕੀ ਹੁੰਦਾ ਇੱਕ ਗ੍ਰਾਮ ਨਾਲ ਜਿਹੜਾ ਕਪਲਰ ਹੁੰਦਾ ਜਿਹਦੇ ਵਿੱਚ ਗ੍ਰਾਮ ਚੱਲਦਾ ਤੇ ਇੱਕ ਨਾਲ ਉੱਪਰਲਾ ਸਬਤਕ ਚੱਲਦਾ ਉਹ ਜਿਹੜਾ ਉੱਪਰਲਾ ਸਬਤਕ ਚੱਲਦਾ ਉਹ ਜ਼ਿਆਦਾਤਰ ਕਵਾਲ ਲੋਗੀ ਤਾਂ ਉਹਦਾਂ ਦੇ ਵਿੱਚ ਉਹਨੂੰ ਜ਼ਿਆਦਾ ਯੂਜ਼ ਕੀਤਾ ਜਾਂਦਾ ਕਿਉਂਕਿ ਉਹ ਉੱਚ ਉਸ ਦਾ ਆ ਜਾਂਦਾ ਜਿਹੜਾ ਗ੍ਰਾਮ ਵਾਲਾ ਆ ਜਾਂਦਾ ਉਹ ਜਿਵੇਂ ਤੁਸੀਂ ਗਜ਼ਲ ਗਾਇਕੀ ਕਰਨੀ ਆ ਸ਼ਬਦ ਕੀਰਤਨ ਕਰਨਾ ਮਿਠਾਓ ਕਰਨਾ ਉਹਦੇ ਲਈ ਆਪਣੇ ਨਾਰਮਲ ਜਿਹੜਾ ਅੱਛਾ ਬੇਸ ਗ੍ਰਾਮ ਉਹ ਰਿਆਜ਼ ਵਾਸਤੇ ਵੀ ਬਹੁਤ ਵਧੀਆ ਰਹਿੰਦਾ ਤੇ ਉੱਪਰ ਟ੍ਰਿਪਲ ਰੀਡ ਦਾ ਹਾਰਮੋਨੀਅਮ ਤਿੰਨ ਜਿਹੜੇ ਜਿਹਨੂੰ ਆਪਾਂ ਤਿੰਨ ਸੈੱਟ ਕਹਿੰਦੇ ਆ ਉਹਦੀ ਟੋਨ ਕੁਆਲਿਟੀ ਬੜੀ ਅੱਛੀ ਹੁੰਦੀ ਹੈ ਜਿਨ੍ਹਾਂ ਨੂੰ ਰਿਕਾਰਡਿੰਗ ਸਟੂਡੀਓ ਦੇ ਵਿੱਚ ਕੋਈ ਗਾਣਿਆਂ ਦੇ ਵਿੱਚ ਤੁਸੀਂ ਸੁਣਦੇ ਹੋ ਪਿੱਛੇ ਅੱਛੀ ਕੁਆਲਿਟੀ ਦੇ ਉਹ ਚੀਜ਼ ਕਹਿੰਦਾ ਪਾਪਾ ਇੱਕ ਹਾਰਮੋਨੀਅਮ ਹਰੇਕ ਆਪਾਂ ਕਹਿੰਦੇ ਫੀਲਡ 'ਚ ਨਹੀਂ ਵਰਤੇ ਜਾਂਦਾ ਨਹੀਂ ਫੀਲਡ 'ਚ ਵਰਤਿਆ ਜਾ ਸਕਦਾ ਬਟ ਇੱਕ ਆਪਣੀ ਗਾਇਕੀ ਦੇ ਹਿਸਾਬ ਨਾਲ ਜੇ ਉਹਨੂੰ ਤੁਸੀਂ ਉਹ ਕਰੋਗੇ ਤਾਂ ਉਹ ਜ਼ਿਆਦਾ ਮਹੱਤਵਪੂਰਨ ਹੈ ਤੁਹਾਡੇ ਲਈ ਹਾਂ ਤੇ ਰਿੰਕੂ ਜੀ ਹੋਰ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਜਿਵੇਂ ਅੱਜ ਕੱਲ ਦੀ ਜਿਹੜੀ ਯੂਥ ਹੈਗੀ ਹੈ ਵੈਸਟਰਨ 뮤זיਕ ਵੱਲ ਜ਼ਿਆਦਾ ਅਟ੍ਰੈਕਟ ਹੋ ਰਹੀ ਹੈ ਹਾਂ ਪੁਰਾਣੇ ਇਨਸਟਰੂਮੈਂਟ ਦੀ ਉਹਨਾਂ ਨੂੰ ਨੌਲੇਜ ਨਹੀਂ ਹੈਗੀ ਤਾਂ ਕਿਹੜੇ ਕਿਹੜੇ ਜੇ ਸਾਜ਼ ਨੇ ਜਿਹੜੇ ਤੁਸੀਂ ਇੱਕ ਵਾਰੀ ਜਰਸਦਾ ਚਾ ਤਾਜ਼ਾ ਕਰਨਾ ਚਾਹੋਗੇ ਮੈਂ ਇਹੀ ਕਹਿਣਾ ਚਾਹੁੰਦਾ ਕਿ ਸਭ ਤੋਂ ਪਹਿਲਾਂ ਜਿਹੜਾ ਆਪਣਾ ਪੰਜਾਬ ਦਾ ਫੋਕ ਹੈ ਉਹਨੂੰ ਸੰਭਾਲਿਆ ਜਾਵੇ ਜਿਵੇਂ ਆਪਣੀ ਤੁੰਬੀ ਢੱਡ ਸਰੰਗੀ ਟੋਲ ਅਲਗੋਜ਼ੇ ਜਿਹੜੇ ਪਿਛੜਦੇ ਜਾ ਰਹੇ ਨੇ ਸਾਜ਼ ਉਹ ਅੱਗੇ ਆਣ ਤੇ ਥੋੜਾ ਜਿਹਾ ਕੀਬੋਰਡਸ ਵਗੈਰਾ ਤੋਂ ਥੋੜਾ ਜਿਹਾ ਉਹ ਕੀਤਾ ਜਾਵੇ ਜਿਹੜਾ ਹੁਣ ਅੱਜ ਕੱਲ ਹਰ ਇੱਕ ਨੂੰ ਐ ਵੀ ਅਸੀਂ ਘਰੇ ਸਟੂਡੀਓ ਲਗਾਇਆ ਜਾਵੇ ਤਾਂ ਪਹਿਲਾਂ ਮੈਨੂੰ ਐ ਕਿ ਉਹ ਆਪਣੇ ਬੇਸਿਕ ਜਿਹੜੇ ਆਪਣੇ ਫੋਕ ਸਾਜ਼ ਨੇ ਛੋਟੇ ਛੋਟੇ ਸਾਜ਼ ਨੇ ਜਿਹੜੇ ਕਲਿੱਕ ਇਨਸਟਰੂਮੈਂਟ ਵੀ ਨੇ ਕੁਝ ਉਹਨਾਂ ਬਾਰੇ ਉਹਨਾਂ ਨੂੰ ਨੋਲਿਜ ਪ੍ਰੋਪਰ ਹੋਵੇ ਉਹ ਜ਼ਿਆਦਾ ਵਧੀਆ ਹੈ ਕੀ ਅੱਜ ਕੱਲ ਦੇ ਜਿਹੜੇ ਨਵੇਂ ਇਲੈਕਟ੍ਰਿਕ ਇਲੈਕਟ੍ਰੋਨਿਕ ਜਿਹੜੇ ਇਨਸਟਰੂਮੈਂਟਸ ਨੇ ਉਹਨਾਂ ਚੋਂ ਮਠਾਸ ਹੈ ਕਿ ਜਿਹੜੇ ਪੁਰਾਣੇ ਸਾਜ਼ਾਂ ਚ ਮਿਠਾਸ ਇਲੈਕਟ੍ਰੋਨਿਕ ਸਾਜ਼ ਜਿਹੜੇ ਹੈਗੇ ਨੇ ਉਹ ਐਕਚੁਅਲ ਦੇ ਵਿੱਚ ਆਰਟੀਫੀਸ਼ੀਅਲ ਹੈਗੇ ਨੇ ਬਟ ਜੋ origignal ਹਰਮੋਨੀਅਮ ਦੀ ਟੋਨ ਹੈ ਉਹ origignal ਦੀ ਹੀ ਰਹਿਣੀ ਹੈ ਇੱਕ ਉਹਦਾ ਸਬਸਟੀਟਿਊਟ ਕੀਬੋਰਡ ਦੇ ਵਿੱਚ ਪਾਇਆ ਹੋਇਆ ਜੋ ਆਪਾਂ ਦੇਖਦੇ ਆ ਸੁਣਦੇ ਆ ਬਟ ਜੋ ਮਿਠਾਸ ਹੈ ਸਹੀ ਤਰੀਕੇ ਦੀ ਉਹ origignal ਇਨਸਟਰੂਮੈਂਟ ਦੀ ਹਰਮੋਨੀਅਮ ਦੀ ਹਰਮੋਨੀਅਮ ਦੇ ਵਿੱਚ ਹੀ ਰਹਿੰਦੀ ਹੈ ਕੀਬੋਰਡ ਦੇ ਵਿੱਚ ਕਾਫੀ ਇਨਸਟਰੂਮੈਂਟ ਆਉਂਦੇ ਨੇ ਜਿਵੇਂ ਗਿਟਾਰ ਤੁਸੀਂ ਉਹਦੇ ਵਿੱਚ ਯੂਜ਼ ਕਰਦੇ ਹੋ ਹਾਰਮੋਨੀਅਮ ਯੂਜ਼ ਕਰਦੇ ਹੋ ਸਰੰਗੀ ਯੂਜ਼ ਕਰਦੇ ਹੋ ਸੰਤੂਰ ਸਤਾਰ ਹਨਾ ਬਟ ਜੋ ਇਹ ਆਪਣੀ ਇੱਕ ਪਾਰਟਿਕੂਲਰ ਇਨਸਟਰੂਮੈਂਟ ਨੇ ਉਹਦੀ ਜਗ੍ਹਾ ਕੋਈ ਵੀ ਨਹੀਂ ਲੈ ਸਕਦਾ